ਡੈਲਟਾ ਤੇ ਕੱਪਾ ਇਹ ਉਹ ਦੋ ਵੇਰੀਅੰਟ ਨੇ ਜਿਨ੍ਹਾਂ ਦੀ ਸ਼ੁਰੂਆਤ ਭਾਰਤ ਦੇ ਵਿੱਚ ਹੋਈ, ਪਰ ਇਸ ਵੇਲੇ ਸਭ ਤੋਂ ਜ਼ਿਆਦਾ ਚਰਚਾ ਦੇ ਵਿੱਚ ਹੈ ਡੈਲਟਾ ਪਲੱਸ। ਇੱਕ ਪਾਸੇ ਭਾਰਤ ਵਿੱਚ ਤੀਜੀ ਲਹਿਰ ਦਾ ਖਤਰਾ ਜਤਾਇਆ ਜਾ ਰਿਹਾ ਤੇ ਦੂਜੇ ਪਾਸੇ ਡੈਲਟਾ ਪਲੱਸ ਵੇਰੀਅੰਟ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਖਦਸ਼ੇ ਜਤਾਏ ਜਾ ਰਹੇ ਨੇ। ਕੋਰੋਨਾ ਵਾਇਰਸ ਦਾ ਨਵਾਂ ਵੇਰੀਅੰਟ ਜੋ ਕਿ ਪਹਿਲੀ ਵਾਰ ਯੂਰਪ ਦੇ ਵਿੱਚ ਪਾਇਆ ਗਿਆ ਸੀ, ਹੁਣ ਭਾਰਤ ਦੇ ਲਈ ਚਿੰਤਾ ਦਾ ਵਿਸ਼ਾ ਹੈ। ਭਾਰਤ ਨੇ ਇਸਨੂੰ ਵੇਰੀਅੰਟ ਆਫ ਕੰਸਰਨ ਯਾਨੀ ਕਿ ਇੱਕ ਚਿੰਤਾਜਨਕ ਵੇਰੀਅੰਟ ਦੀ ਸ਼੍ਰੇਣੀ ਦੇ ਵਿੱਚ ਰੱਖਿਆ। ਪਰ ਡੈਲਟਾ ਪਲੱਸ ਬਾਰੇ ਅਸੀਂ ਕੀ ਜਾਣਦੇ ਹਾਂ, ਕਿਸ ਦੇ ਨਾਲ ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਆ ਸਕਦੀ ਹੈ, ਮਾਹਰਾਂ ਦਾ ਕੀ ਕਹਿਣਾ, ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਆਓ ਜਾਣਦੇ ਹਾਂ ਸਾਰੇ ਸਵਾਲਾਂ ਦੇ ਜਵਾਬ। ਭਾਰਤ ਦੇ ਸਿਹਤ ਮੰਤਰਾਲੇ ਦੇ ਮੁਤਾਬਕ ਇਹ ਕਥਿਤ ਡੈਲਟਾ ਪਲੱਸ ਵੇਰੀਅੰਟ, ਜਿਸਨੂੰ AY1 ਵੀ ਕਿਹਾ ਜਾਂਦਾ ਹੈ, ਇਹ ਤੇਜ਼ੀ ਦੇ ਨਾਲ ਫੈਲਦਾ ਹੈ, ਫੇਫੜਿਆਂ ਦੇ ਸੈੱਲਾਂ ਦੇ ਨਾਲ ਸੋਖਿਆ ਜੁੜ ਜਾਂਦਾ ਹੈ, ਅਤੇ ਹੋ ਸਕਦਾ ਹੈ ਕਿ ਮੋਨੋਕਲੋਨਲ ਐਂਟੀਬੋਡੀ ਥੈਰੇਪੀ ਦਾ ਵੀ ਇਸਦੇ ਉੱਪਰ ਕੋਈ ਵੀ ਅਸਰ ਨਾ ਹੋਵੇ, ਜੋ ਕਿ ਵਾਇਰਸ ਨੂੰ ਖਤਮ ਕਰਨ ਦੇ ਲਈ ਸਰਿੰਜ ਰਾਹੀਂ ਦਿੱਤੀ ਜਾਂਦੀ ਹੈ। ਡੈਲਟਾ ਪਲੱਸ ਦਾ ਸੰਬੰਧ ਪਿਛਲੇ ਸਾਲ ਭਾਰਤ ਦੇ ਵਿੱਚ ਪਾਏ ਗਏ ਡੈਲਟਾ ਵੇਰੀਅੰਟ ਦੇ ਨਾਲ ਜੋੜਿਆ ਜਾ ਰਿਹਾ ਹੈ। ਉਹੀ ਵੇਰੀਅੰਟ ਹੈ ਜਿਸ ਦੇ ਬਾਰੇ ਮੰਨਿਆ ਜਾਂਦਾ ਹੈ ਕਿ ਇਸ ਦੇ ਕਾਰਨ ਹੀ ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਆਈ। ਡੈਲਟਾ ਵੇਰੀਅੰਟ ਨੂੰ ਪਹਿਲਾਂ ਹੀ ਚਿੰਤਾਜਨਕ ਐਲਾਨਿਆ ਜਾ ਚੁੱਕਿਆ ਹੈ। ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਡੈਲਟਾ ਪਲੱਸ ਵੇਰੀਅੰਟ ਭਾਰਤ ਦੇ ਵਿੱਚ ਪਹਿਲੀ ਵਾਰ ਅਪ੍ਰੈਲ ਮਹੀਨੇ ਦੇ ਵਿੱਚ ਦੇਖਿਆ ਗਿਆ। ਹੁਣ ਤੱਕ ਇਹ 6 ਸੂਬਿਆਂ ਤੋਂ ਲਏ ਗਏ ਲਗਭਗ 40 ਸੈਂਪਲਾਂ ਦੇ ਵਿੱਚ ਵੇਖਿਆ ਜਾ ਚੁੱਕਿਆ ਹੈ। ਵਾਇਰਸ ਹਮੇਸ਼ਾ ਹੀ ਬਦਲਦਾ ਰਹਿੰਦਾ ਹੈ, ਕਈ ਵਾਰ ਇਸਦੀ ਮਿਊਟੇਸ਼ਨ ਦਾ ਕੋਈ ਫਰਕ ਨਹੀਂ ਪੈਂਦਾ ਅਤੇ ਕਈ ਵਾਰ ਉਹ ਮਿਊਟੇਸ਼ਨ ਜਿਹੜੀ ਆ ਉਹ ਵਾਇਰਸ ਦੇ ਲਈ ਹੀ ਖਤਰਨਾਕ ਸਾਬਤ ਹੋ ਸਕਦੀ ਹੈ ਅਤੇ ਕਈ ਵਾਰ ਅਜਿਹਾ ਵੀ ਹੁੰਦਾ ਹੈ ਕਿ ਵਾਇਰਸ ਮਿਊਟੇਸ਼ਨ ਦੇ ਨਾਲ ਹੋਰ ਵੀ ਜ਼ਿਆਦਾ ਖਤਰਨਾਕ ਹੋ ਜਾਵੇ। ਕੁਝ ਸਾਇੰਸਦਾਨਾਂ ਨੇ ਇਸ ਡੈਲਟਾ ਪਲੱਸ ਵੇਰੀਅੰਟ ਨੂੰ ਚਿੰਤਾਜਨਕ ਕਹੇ ਜਾਣ ਬਾਰੇ ਸਵਾਲ ਖੜੇ ਕੀਤੇ ਨੇ। ਉਹਨਾਂ ਦਾ ਕਹਿਣਾ ਹੈ ਕਿ ਇਸ ਨੂੰ ਸਾਬਤ ਕਰਨ ਦੇ ਲਈ ਅਜੇ ਲੋੜੀਂਦਾ ਡੇਟਾ ਉਪਲਬਧ ਨਹੀਂ ਹੈ, ਜਿਸ ਦੇ ਆਧਾਰ ਤੇ ਕਿਹਾ ਜਾ ਸਕਦਾ ਹੈ ਕਿ ਵੇਰੀਅੰਟ ਜ਼ਿਆਦਾ ਗੰਭੀਰ ਕਿਸਮ ਦੇ COVID-19 ਦੀ ਵਜ੍ਹਾ ਬਣ ਸਕਦਾ ਹੈ ਜਾਂ ਫਿਰ ਇਹ ਜ਼ਿਆਦਾ ਲਾਗਸ਼ੀਲ ਹੈ। ਉੱਘੇ ਵਾਇਰਸ ਮਾਹਰ ਅਤੇ ਰੋਇਲ ਸੁਸਾਇਟੀ ਲੰਡਨ ਦੇ ਲਈ ਚੁਣੀ ਗਈ ਪਹਿਲੀ ਭਾਰਤੀ ਮਹਿਲਾ ਡਾਕਟਰ ਗਗਨਦੀਪ ਕੰਗ ਨੇ ਕਿਹਾ ਕਿ ਅਜੇ ਤੱਕ ਅਜਿਹਾ ਕੋਈ ਵੀ ਡੇਟਾ ਨਹੀਂ ਹੈ ਜੋ ਕਿ ਚਿੰਤਾਜਨਕ ਵੇਰੀਅੰਟ ਦੇ ਦਾਅਵੇ ਦੀ ਪੁਸ਼ਟੀ ਕਰਦਾ ਹੋਵੇ। ਉਹਨਾਂ ਕਿਹਾ ਕਿ ਵਾਕਈ ਚਿੰਤਾਜਨਕ ਵੇਰੀਅੰਟ ਹੈ ਜਾਂ ਨਹੀਂ ਇਹ ਤੈਅ ਕਰਨ ਦੇ ਲਈ ਤੁਹਾਨੂੰ ਬਾਇਓਲੋਜੀਕਲ ਅਤੇ ਕਲੀਨਿਕਲ ਜਾਣਕਾਰੀ ਚਾਹੀਦੀ ਹੁੰਦੀ ਹੈ। ਇਸ ਦਾ ਮਤਲਬ ਹੈ ਕਿ ਦੇਖਣਾ ਹੋਵੇਗਾ ਕਿ ਵੇਰੀਅੰਟ ਵੈਕਸੀਨ ਵੱਲੋਂ ਜਾਂ ਕੋਰੋਨਾ ਵਾਇਰਸ ਦੇ ਕਿਸੇ ਹੋਰ ਵੇਰੀਅੰਟ ਵੱਲੋਂ ਵਿਕਸਿਤ ਕੀਤਾ ਗਿਆ ਐਂਟੀਬੋਡੀਜ਼ ਤੋਂ ਖਤਮ ਹੁੰਦਾ ਜਾਂ ਨਹੀਂ। ਇਸ ਤੋਂ ਇਲਾਵਾ ਇਹ ਵੀ ਵੇਖਿਆ ਜਾਂਦਾ ਹੈ ਕਿ ਕੀ ਇਹ ਵੇਰੀਅੰਟ ਵਧੇਰੇ ਲਾਗਸ਼ੀਲ ਹੈ, ਕੀ ਇਹ ਆਮ ਜੋ ਟੈਸਟ ਦੀ ਪ੍ਰਕਿਰਿਆ ਉਸਦੇ ਵਿੱਚ ਪਕੜ 'ਚ ਆ ਰਿਹਾ ਜਾਂ ਨਹੀਂ ਆ ਰਿਹਾ, ਜਾਂ ਫਿਰ ਕੀ ਇਹ ਵੇਰੀਅੰਟ ਦੂਜੇ ਵੇਰੀਅੰਟ ਨਾਲੋਂ ਜ਼ਿਆਦਾ ਖਤਰਨਾਕ ਹੈ। ਦਿੱਲੀ ਦੇ ਭਾਰਤ ਦੀਆਂ ਜੀਨੋਮ ਸੀਕੁਐਂਸਿੰਗ ਦੇ ਨਾਲ ਜੁੜੀਆਂ 28 ਲੈਬਾਂ ਦੇ ਵਿੱਚੋਂ ਇੱਕ CSIR ਇੰਸਟੀਚਿਊਟ ਆਫ ਜੀਨੋਮਿਕਸ ਐਂਡ ਇੰਟੈਗ੍ਰੇਟਿਵ ਬਾਇਓਲੋਜੀ ਦੇ ਨਿਰਦੇਸ਼ਕ ਡਾਕਟਰ ਅਨੁਰਾਗ ਅਗਰਵਾਲ ਦਾ ਕਹਿਣਾ ਹੈ ਕਿ ਡੈਲਟਾ ਵੇਰੀਅੰਟ ਦੇ ਸਾਰੇ ਵਸ਼ਕ੍ਰਮ ਹੀ ਚਿੰਤਾਜਨਕ ਨੇ। ਇਸ ਦੇ ਲਈ ਡੈਲਟਾ ਵੇਰੀਅੰਟ ਨੂੰ ਚਿੰਤਾਜਨਕ ਕਹਿਣ ਦੇ ਵਿੱਚ ਕੁਝ ਵੀ ਗਲਤ ਨਹੀਂ ਹੈ। ਉਹਨਾਂ ਨੇ ਕਿਹਾ ਕਿ ਅਜੇ ਤੱਕ ਅਸੀਂ ਅਜਿਹਾ ਕੁਝ ਨਹੀਂ ਦੇਖਿਆ ਜੋ ਦਰਸਾਉਂਦਾ ਹੋਵੇ ਕਿ ਡੈਲਟਾ ਪਲੱਸ ਕੋਈ ਜਨਤਕ ਸਿਹਤ ਦੇ ਲਈ ਖਦਸ਼ਾ ਖੜਾ ਕਰ ਰਿਹਾ ਹੋਵੇ ਜਾਂ ਫਿਰ ਕੋਈ ਡਰ ਪੈਦਾ ਕਰ ਰਿਹਾ ਹੋਵੇ। ਅਸੀਂ ਇਸ ਉੱਪਰ ਨਜ਼ਰ ਰੱਖ ਰਹੇ ਹਾਂ ਅਤੇ ਜਨਤਕ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰ ਰਹੇ ਹਾਂ। ਅਮਰੀਕਾ ਦੇ ਮੁੱਖ ਸਿਹਤ ਸਲਾਹਕਾਰ ਡਾਕਟਰ ਫਾਉਚੀ ਦਾ ਕਹਿਣਾ ਹੈ ਕਿ ਇਹ ਵੇਰੀਅੰਟ ਅਮਰੀਕਾ ਦੇ ਲਈ ਵੀ ਇੱਕ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਸਦੇ ਕਈ ਮਾਮਲੇ ਸਾਹਮਣੇ ਆਏ ਨੇ, ਪਰ ਉਹਨਾਂ ਨੇ ਕਿਹਾ ਕਿ ਇਹ ਜ਼ਰੂਰ ਸਾਫ਼ ਹੈ ਕਿ ਵੈਕਸੀਨ ਇਸ ਵੇਰੀਅੰਟ ਦੇ ਉੱਤੇ ਵੀ ਪ੍ਰਭਾਵੀ ਹੈ। ਉਹਨਾਂ ਕਿਹਾ ਕਿ ਇਹ ਵੇਰੀਅੰਟ ਅਮਰੀਕਾ ਦੀ ਕੋਰੋਨਾ ਖਿਲਾਫ਼ ਲੜਾਈ ਨੂੰ ਪ੍ਰਭਾਵਿਤ ਕਰ ਸਕਦਾ ਹੈ, ਪਰ ਉਹਨਾਂ ਕੋਲ ਇਸ ਨਾਲ ਲੜਨ ਦੇ ਲਈ ਲੋੜੀਂਦੇ ਹਥਿਆਰ ਮੌਜੂਦ ਨੇ। ਸੋ ਡੈਲਟਾ ਪਲੱਸ ਵੇਰੀਅੰਟ ਦੇ ਬਾਰੇ ਕਈ ਖਦਸ਼ੇ ਜਤਾਏ ਜਾ ਰਹੇ ਨੇ, ਪਰ ਹਜੇ ਤੱਕ ਇਹ ਸਾਫ਼ ਨਹੀਂ ਹੋ ਪਾਇਆ ਕਿ ਕੀ ਇਹ ਵੇਰੀਅੰਟ ਜ਼ਿਆਦਾ ਖਤਰਨਾਕ ਹੈ ਜਾਂ ਨਹੀਂ। ਅੱਜ ਦੇ ਲਈ ਬਸ ਇੰਨਾ ਹੀ, ਮੈਨੂੰ ਦਿਓ ਇਜਾਜ਼ਤ। ਕੋਰੋਨਾ ਵਾਇਰਸ ਦੇ ਨਾਲ ਜੁੜੀਆਂ ਖਾਸ ਅਪਡੇਟਸ ਤੁਸੀਂ ਵੇਖ ਸਕਦੇ ਹੋ ਸਾਡੀ ਵੈਬਸਾਈਟ ਜੋ ਕਿ ਹੈ bbc.com/punjabi। ਇਸ ਤੋਂ ਇਲਾਵਾ ਤੁਸੀਂ ਸਾਡੇ ਯੂਟਿਊਬ ਚੈਨਲ 'ਤੇ ਜਾ ਸਕਦੇ ਹੋ, ਇੰਸਟਾਗ੍ਰਾਮ ਅਤੇ ਟਵਿੱਟਰ ਹੈਂਡਲ 'ਤੇ ਵੀ ਖਾਸ ਖਬਰਾਂ ਵੇਖ ਸਕਦੇ ਹੋ।